ਪਿਛਲੇ ਦਿਨੀ 1158 ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਜੋ ਹੈ ਖੁਦਕੁਸ਼ੀ ਕਰ ਲੈਂਦੇ ਨੇ ਅਤੇ ਇਸ ਫਾਨੀ ਸੰਸਾਰ ਨੂੰ ਜੋ ਅਲਵਿਦਾ ਕਹਿ ਜਾਂਦੇ ਨੇ। ਇਸ ਤੋਂ ਬਾਅਦ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਰੋਸ ਵੇਖਣ ਨੂੰ ਮਿਲਦਾ ਹੈ ਅਤੇ ਥਾਂ ਥਾਂ ਜੋ ਹੈ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾਂਦੀ ਹੈ, ਧਰਨੇ ਲਗਾਏ ਜਾਂਦੇ ਨੇ। ਇਸੇ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਵੱਲੋਂ ਵੀ ਜੋ ਹੈ ਪੁਤਲਾ ਫੂਕਿਆ ਗਿਆ ਹੈ, ਜਿਸ ਤੋਂ ਬਾਅਦ ਕਿ ਉਹਨਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਜਿਸ ਨੂੰ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਨੌਕਰੀ 'ਤੇ ਲਗਾਇਆ ਅਤੇ ਉਸ ਤੋਂ ਬਾਅਦ ਉਸਨੂੰ ਨੌਕਰੀ ਤੋਂ ਜਲਦ ਹਟਾ ਵੀ ਲਿਆ ਗਿਆ ਅਤੇ ਉਸ ਤੋਂ ਬਾਅਦ ਉਸਨੂੰ ਜੋ ਹੈ ਅਹੁਦੇ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ। ਨੌਕਰੀ ਨਾ ਮਿਲਣ ਦੇ ਕਾਰਨ, ਡਿਪਰੈਸ਼ਨ 'ਚ ਆਉਣ ਕਾਰਨ ਉਸਨੇ ਜੋ ਹੈ ਖੁਦਕੁਸ਼ੀ ਕਰ ਲਈ ਹੈ। ਤਾਂ ਇਸ ਦੌਰਾਨ ਗੱਲਬਾਤ ਕਰਦਿਆਂ ਉਹਨਾਂ ਨੇ ਕੀ ਕਿਹਾ ਤੁਸੀਂ ਸੁਣੋ। ਸਰ, ਜਿਹੜੀ ਆਪਣੀ ਲੜਕੀ ਸੀ ਜਿਹਨੂੰ ਸਰਕਾਰ ਨੇ ਜੋਬ ਦੇ ਕੇ ਉਹਨਾਂ ਕੋਲੋਂ ਦੁਬਾਰਾ ਜੋਬ ਖੋਹ ਲਈ ਇੱਕ ਤਰ੍ਹਾਂ ਦੀ, ਸਰ ਉਹਨਾਂ ਨੇ ਚੰਗਾ ਨਹੀਂ ਕੀਤਾ। ਸਰਕਾਰ ਨੇ ਜੋ ਸਾਡੇ ਲਈ ਵਾਅਦੇ ਕਰਦੇ ਨੇ ਉਹਨਾਂ ਦੇ ਪੂਰਤਾ ਉਤਰੇ ਨਹੀਂ ਹੈਗੇ। ਅਗਰ ਉਹਨੂੰ ਜੋਬ ਦੇ ਕੇ ਉਹਨੂੰ ਵਾਪਸ ਲੈ ਲਈ ਤਾਂ ਉਹਨੇ ਦੇਖੋ ਆਪਣੇ ਨਾਲ ਖੁਦਕੁਸ਼ੀ ਕਰ ਲਈ। ਉਹਦੇ ਵਾਂਗੂ ਹੀ ਸਰ ਇੱਕ ਅਸੀਂ ਵੀ ਸਮਾਜ ਦੀਆਂ ਸਰਕਾਰ ਦੀਆਂ ਇੱਕ ਧੀਆਂ ਵਾਂ, ਜੇ ਸਾਡੇ ਨਾਲ ਇੱਦਾਂ ਹੋਇਆ ਰਿਹਾ ਤਾਂ ਦੱਸੋ ਸਰ ਕਿਵੇਂ ਚੱਲੂਗਾ ਇਹ, ਤੁਸੀਂ ਆਪ ਦੇਖੋ। ਉਹਨਾਂ ਨੇ ਠੀਕ ਨਹੀਂ ਕੀਤਾ, ਉਹਨਾਂ ਨੇ ਖੁਦਕੁਸ਼ੀ ਕਰ ਲਈ। ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੀ ਫੈਮਿਲੀ ਨੂੰ ਔਰ ਉਹ ਲੜਕੀ ਨੂੰ। ਸਰਕਾਰ ਨੂੰ ਪ੍ਰੋਵਾਈਡ ਕਰਵਾਉਣਾ ਚਾਹੀਦਾ ਕਿ ਅਸੀਂ ਅਗਰ ਬੱਚੇ ਅੱਗੇ ਵੱਧ ਰਹੇ ਨੇ ਪੜ੍ਹਾਈਆਂ ਕਰ, ਨੌਕਰੀਆਂ ਵੀ ਦਿੱਤੀਆਂ ਜਾਣ। ਅਣਗਹਿਰੀਆਂ ਕਰਕੇ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਤੇ ਪੂਰੇ ਨਹੀਂ ਉਤਰੇ ਹੈਗੇ। ਜਿਹੜੀ ਸਾਡੀ ਨੌਜਵਾਨ ਬੇਟੀ, ਸਾਡੀ ਪੰਜਾਬ ਦੀ ਧੀ ਜਿਹੜੀ ਹੈ ਬਲਵਿੰਦਰ ਕੌਰ, ਉਹਨੂੰ ਮਜਬੂਰ ਕੀਤਾ ਗਿਆ ਨੌਕਰੀ ਦੇ ਕੇ, ਉਹਨੂੰ ਨੌਕਰੀ 'ਤੇ ਜੁਆਇਨ ਨਾ ਕਰਨ ਦਿੱਤਾ। ਉਹਨੇ ਆਪਣੀ ਇਸ ਗੱਲ 'ਤੇ ਰੱਖਦਿਆਂ ਹੋਇਆ ਉਹਨੇ ਧਰਨੇ ਵੀ ਲਾਏ, ਉਹਨੇ ਆਪਣੀ ਮੰਗ ਵੀ ਰੱਖੀ, ਤਾਂ ਉਹਨੂੰ ਮਜਬੂਰ ਕੀਤਾ ਗਿਆ ਬਲ ਕਰਕੇ ਉਹਨੂੰ ਖੁਦਕੁਸ਼ੀ। ਉਹ ਲੜਕੀ ਦੇ ਵਿਰੋਧ 'ਚ ਫੂਕਿਆ ਜੀ, ਉਹਨੂੰ ਇਨਸਾਫ ਨਹੀਂ ਦਿੱਤਾ ਗਿਆ। ਸਾਰਾ ਪਿੰਡ ਸਾਡਾ, ਸਾਰਾ ਸਮਾਜ, ਮਾਤਾ ਭੈਣਾਂ ਸਾਰੀਆਂ ਉਸ ਦੇ ਵਿਰੋਧ ਵਿੱਚ ਪੁਤਲਾ ਸਾੜ। ਸਰ, ਜਿਹੜੀ ਆਪਣੀ ਲੜਕੀ ਸੀ ਜਿਹਨੂੰ ਸਰਕਾਰ ਨੇ ਜੋਬ ਦੇ ਕੇ ਉਹਨਾਂ ਕੋਲੋਂ ਦੁਬਾਰਾ ਜੋਬ ਖੋਹ ਲਈ ਇੱਕ ਤਰ੍ਹਾਂ ਦੀ, ਸਰ ਉਹਨਾਂ ਨੇ ਚੰਗਾ ਨਹੀਂ ਕੀਤਾ। ਸਰਕਾਰ ਨੇ ਜੋ ਸਾਡੇ ਲਈ ਵਾਅਦੇ ਕਰਦੇ ਨੇ ਉਹਨਾਂ ਦੇ ਪੂਰਤਾ ਉਤਰੇ ਨਹੀਂ ਹੈਗੇ। ਅਗਰ ਉਹਨੂੰ ਜੋਬ ਦੇ ਕੇ ਉਹਨੂੰ ਵਾਪਸ ਲੈ ਲਈ ਤਾਂ ਉਹਨੇ ਦੇਖੋ ਆਪਣੇ ਨਾਲ ਖੁਦਕੁਸ਼ੀ ਕਰ ਲਈ। ਉਹਦੇ ਵਾਂਗੂ ਹੀ ਸਰ ਇੱਕ ਅਸੀਂ ਵੀ ਸਮਾਜ ਦੀਆਂ ਸਰਕਾਰ ਦੀਆਂ ਇੱਕ ਧੀਆਂ ਵਾਂ, ਜੇ ਸਾਡੇ ਨਾਲ ਇੱਦਾਂ ਹੋਇਆ ਰਿਹਾ ਤਾਂ ਦੱਸੋ ਸਰ ਕਿਵੇਂ ਚੱਲੂਗਾ ਇਹ, ਤੁਸੀਂ ਆਪ ਦੇਖੋ। ਉਹਨਾਂ ਨੇ ਠੀਕ ਨਹੀਂ ਕੀਤਾ, ਉਹਨਾਂ ਨੇ ਖੁਦਕੁਸ਼ੀ ਕਰ ਲਈ। ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੀ ਫੈਮਿਲੀ ਨੂੰ ਔਰ ਉਹ ਲੜਕੀ ਨੂੰ। ਸਰਕਾਰ ਨੂੰ ਪ੍ਰੋਵਾਈਡ ਕਰਵਾਉਣਾ ਚਾਹੀਦਾ ਕਿ ਅਸੀਂ ਅਗਰ ਬੱਚੇ ਅੱਗੇ ਵੱਧ ਰਹੇ ਨੇ ਪੜ੍ਹਾਈਆਂ ਕਰ, ਨੌਕਰੀਆਂ ਵੀ ਦਿੱਤੀਆਂ ਜਾਣ। ਰੁਜ਼ਗਾਰ ਬਿਲਕੁਲ ਨਹੀਂ ਹੈਗਾ। ਜੇ ਇਨਸਾਫ ਨਾ ਮਿਲੇ ਤਾਂ ਕੀ ਅੱਗੇ ਕੀ ਸਰ, ਫਿਰ ਇੱਦਾਂ ਹੀ ਹੈ ਸਾਡਾ ਜਿਹੜਾ ਪ੍ਰਦਰਸ਼ਨ, ਇੱਦਾਂ ਹੀ ਚੱਲਦਾ ਰਹੂਗਾ ਜੀ। ਅਸੀਂ ਇੱਦਾਂ ਹੀ ਪੁਤਲੇ ਸਰਕਾਰ ਦੇ ਫੂਕਦੇ ਰਹਾਂਗੇ, ਫਿਰ ਇੱਦਾਂ ਹੀ ਚੱਲੂਗਾ ਜੀ ਸਾਡਾ।